ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਦਾ ਮੈਨੂੰ ਇੱਕ ਪ੍ਰੇਮਚੰਦ ਮੁੰਛੀ ਦਾ ਫੋਨ ਆਇਆ ਉਸ ਤੋਂ ਬਾਅਦ ਕਈ ਮੈਨੂੰ ਆਪਦੀਆਂ ਕਾਲ ਰਿਕਾਰਡਿੰਗਾਂ ਅਚਾਨਕ ਕਰਕੇ ਫੋਨ ਲਾ ਲੈਂਦੇ ਆ ਕਿ ਚੱਲ ਵਿਸ਼ਵਦੀਪ ਦਬਕ ਜੂਗੇ ਨੂੰ ਫੋਨ ਲਾ ਲੈਣੇ ਆ ਬੜੀ ਹੁਣ ਧਿਆਨ ਦੇ ਨਾਲ ਗੱਲ ਸੁਣ ਲੋ ਜੀ ਇਸ ਟਾਈਮ ਜਿਹੜਾ ਮੈਨੂੰ ਥਾਣਾ ਲਗੜ ਅਰਨੀ ਵਾਲਾ ਸ਼ੇਖਸ਼ਬਾਨ ਮੈਂ ਉਹਦੇ ਬਾਹਰ ਦੇ ਅੱਗੇ ਖੜਾ ਐਪਲੀਕੇਸ਼ਨ ਅੱਜ ਤੋਂ ਮੈਂ 2-3 ਦਿਨ ਪਹਿਲਾਂ ਹੀ ਲਾ ਗਿਆ ਸੀ ਮੈਂ ਉਹਨਾਂ ਐਸਐਚਓ ਸਾਹਿਬ ਨੂੰ ਮਿਲਿਆ ਵੀ ਹਾਂ ਭਾਈ ਦੱਸੋ ਉਹ ਆਂਦੇ ਵੀ ਤੁਹਾਡੀ ਜਿਹੜੀ ਕਾਰਵਾਈ ਉਹ ਪਾਤੀ ਆ ਉਹਨਾਂ ਨੇ ਵਿਖਾਤਾ ਹੀ ਸਾਰੀ ਮੈਨੂੰ ਇਹ ਚੱਕੋ ਹੀ ਪਰ ਸਰਕਾਰੀ ਕਾਗਜ਼ਾਂ ਦੀ ਅਸੀਂ ਫੋਟੋ ਨਹੀਂ ਕਰਾ ਸਕਦੇ ਹੁਣ ਜਿਹੜਾ ਕਹਿ ਲੋ ਉਹਨਾਂ ਨੇ ਆਪ ਦੀ ਜਿਹੜੇ ਆਪਦੇ ਵੱਲੋਂ ਕਾਰਵਾਈ ਕਰਤੀ ਤੇ ਬਹੁਤ ਜਲਦ ਉਹ ਜਿਹੜੇ ਬੰਦੇ ਨੇ ਪ੍ਰੇਮਚੰਦ ਬਣ ਕੇ ਫੋਨ ਲਾਇਆ ਸੀ ਉਹ ਵੀ ਆਪ ਦਾ ਹਰਜਾਨਾ ਭੁਗਤ ਲੂਗਾ ਭਾਵੇਂ ਉਹ ਝਾੜੂ ਵਾਲਿਆਂ ਦਾ ਭਾਵੇਂ ਉਹ ਜਿੱਦਾ ਮਰਜ਼ੀ ਹੋਵੇ ਫਿਰ ਮੈਨੂੰ ਜਿਹੜਾ ਇੱਕ ਫੋਨ ਆਇਆ ਉਹ ਚਲੋ ਮੈਂ ਜਿਹੜੀ ਆਪਦੀ ਗਲਤੀ ਮੰਨੀ ਆ ਜਿਹੜੇ ਮੈਂ ਉੱਥੇ ਚ ਕੋਡ ਦੁਨਾ ਬੋਲਿਆ ਸੀ ਉਹ ਮੈਂ ਗਲਤੀ ਮੰਨੀ ਆ ਉਹ ਹੋਰ ਹੁਣ ਹੁਣ ਕੁਝ ਹੋਰ ਲਾਈ ਜਾਂਦੇ ਆ ਫੋਨ ਆਪਦੀਆਂ ਰਿਕਾਰਡਿੰਗ ਆਨ ਕਰਨ ਵਾਸਤੇ ਤੇ ਆਪਦੀਆਂ ਪੌਣ ਵਾਸਤੇ ਫੇਸਬੁੱਕਾਂ ਤੇ ਵੀ ਹਾਂ ਪਾਈ ਵਿਸ਼ਵਦੀਪਨਾ ਗੱਲ ਹੋ ਗਈ ਮੈਂ ਉਸ ਦਿਨ ਬਿਮਾਰ ਸੀ ਜਿਸ ਦਿਨ ਮੈਨੂੰ ਉਹ ਉਹ ਮੁਨਸ਼ੀ ਬਣ ਕੇ ਗੱਲ ਕੀਤੀ ਉਹਨੇ ਨਾਲ ਮੈਂ ਇਹ ਦੱਸ ਦੇਵਾਂ ਕਿ ਸਰਕਾਰੀ ਅਫਸਰ ਦਾ ਮੈਂ ਸਤਿਕਾਰ ਕਰਦਾ ਚਾਹੇ ਉਹ ਸਰਕਾਰੀ ਅਫਸਰ ਹੈ ਮੈਂ ਹਰ ਇੱਕ ਨਾਗਰਿਕ ਦਾ ਜਿਹੜਾ ਕਹਿ ਲੋ ਮੈਂ ਸਤਿਕਾਰ ਕਰਦਾ ਤੇ ਮੈਂ ਬੜੇ ਸਤਿਕਾਰ ਨਾਲ ਗੱਲ ਕੀਤੀ ਸੀ ਜਦੋਂ ਉਹਨੂੰ ਪੁੱਛਿਆ ਸੀ ਕੁਝ ਉਹ ਫੋਨ ਕੱਟ ਗਿਆ जिने फोन ਲਾਇਆ ਸੀ ਉਹ ਕਿਹੜੇ ਪਿੰਡ ਦਾ ਪਿੰਡਾ ਮੁੰਡਾ ਖਡੂਰ ਸਾਹਿਬ ਤਹਿਸੀਲ ਜ਼ਿਲ੍ਹਾ ਤਰਨਤਾਰਨ ਗੁਰਮੀਤ ਪਿਓ ਦਾ ਨਾਂ ਆ ਜਾਂ ਗੁਰਮੀਤ ਉਹਦਾ ਨਾਂ ਤੇ ਹਰਦੇਵਾਲ ਉਹਦੇ ਪਿਓ ਦਾ ਨਾਂ ਪਰ ਮੁੰਡਾ ਅੱਜ ਕੱਲ੍ਹ ਹਰਚਰਨ ਚੰਦ ਦਾ ਬਣਿਆ ਹੋਇਆ ਚੰਦਰਿਆਂ ਦਾ ਬਣਿਆ ਹੋਇਆ ਗੱਲਾਂ ਕਰਦਾ ਸੀ ਹੁਣ ਜਿਹੜੀ ਕਾਰਵਾਈ ਆ ਜਿੱਥੋਂ ਤੱਕ ਮੈਨੂੰ ਜਾਣਾ ਪਿਆ ਕਾਰਵਾਈ ਕਰਾਊਗਾ ਜੇ ਝਾੜੂ ਵਾਲਿਆਂ ਦੀ ਸਰਕਾਰ ਆ ਤਿੰਨ ਸਾਲਾਂ ਜੇ ਇਹ ਕਾਰਵਾਈ ਨਾ ਹੋਣ ਦੇਣਗੇ ਕਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਫਿਰ ਕੋਈ ਗੱਲ ਨਹੀਂ ਉਹ ਐਪਲੀਕੇਸ਼ਨ ਚੱਲਦੀ ਰਹਿਣੀ ਆ ਜਿਵੇਂ ਤੁਸੀਂ ਪੰਜਾਬ ਤੇ ਪੋਲਣ ਆਲੇ ਤੇ ਨਜਾਇਜ਼ ਪਰਚੇ ਕੱਢ ਲੈਣੇ ਆ ਉਸੇ ਤਰ੍ਹਾਂ ਪਰਚੇ ਫਿਰ ਉਹ ਵੀ ਨਿਕਲਾਊਗਾ ਵੀ ਆ ਜਾ ਭਾਈ ਧਮਕੀਆਂ ਦਿੱਤੀਆਂ ਪੁਲਿਸ ਵਾਲਿਆਂ ਦਾ ਉਹਨੇ ਨਾਮ ਵਰਤਿਆ ਕਿ ਮੈਂ ਸੀਐਸਟਾਫ ਚੋਂ ਬੋਲਦਾ ਕੱਲ ਨੂੰ ਕੋਈ ਵੀ ਬੰਦੇ ਤਾਂ ਮਤਲਬ ਇੱਕ ਤਾਂ ਜਿਹੜੀ ਉਹਨੇ ਪੁਲਿਸ ਦਾ ਨਾਮ ਵਰਤਿਆ ਧਾਰਾ ਉਹ ਬੰਦੀ ਆ ਧਮਕੀਆਂ ਦਿੱਤੀਆਂ ਗੱਲੀ ਗੱਲੀ ਹੁਣ ਮੇਰੀ ਮੇਨ ਗੱਲ ਇਹ ਆ ਕਾ ਥਾਣਾ ਆ ਰਹੇ ਨਾ ਆ ਰਿਹਾ ਹਾਂਜੀ ਜਿਹੜਾ ਕਹਿ ਲੋ ਜਿਹੜੇ ਫੋਨ ਲਾਈ ਜਾਂਦੇ ਆ ਮੈਂ ਵੱਡੇ ਵੀ ਠੰਡਾ ਚੱਲਦਾ ਮੈਂ ਠੰਡਾ ਤਾਂ ਚੱਲਦਾ ਵੀ ਦੁਨੀਆ ਤੋਂ ਲੈ ਕੇ ਕਿਸੇ ਨੇ ਕੁਝ ਨਹੀਂ ਜਾਣਾ ਸਭ ਤੋਂ ਵੱਡੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਦੇ ਵਿੱਚ ਇਹ ਆ ਕੇ ਦਬਕ ਜੂਗਾ ਤਾਂ ਮੇਰੇ ਵੀਰ ਇਹ ਤਾਂ ਜਦੋਂ ਕਹਿੰਦੇ ਨਾ ਜਦੋਂ ਥੋੜਾ ਵੇਖਣ ਨੂੰ ਸੁਣਿਆ ਲੱਗਦੀਆਂ ਜਦੋਂ ਹੱਥ ਲਾਈਏ ਕੰਡਿਆਂ ਦਾ ਉਦੋਂ ਪਤਾ ਲੱਗਦਾ ਯਾਦ ਰੱਖੋ ਗੱਲ ਪਰਚਿਆਂ ਤੋਂ ਜਿਹੜਾ ਤੁਸੀਂ ਕਹਿ ਲੋ ਗੱਲ ਪਰਚਾ ਇੱਥੋਂ ਜਿਹੜਾ ਉੱਤੇ ਬੰਦੋਂ ਮੈਂ ਕਰਾਉਣਾ ਤੇ ਜਿਹੜਾ ਮੈਨੂੰ ਐਵੇਂ ਤੰਗ ਪਰੇਸ਼ਾਨ ਕਰ ਰਿਹਾ ਕੌਲਾ ਕਰਕੇ ਮੈਂ ਅੱਗੇ ਕਹਿੰਦਾ ਹੁੰਦਾ ਸੀ ਜਿਹੜੇ ਬੋਲਦੇ ਆ ਪੰਜਾਬ ਵਾਸਤੇ ਫੋਨ ਕਿਉਂ ਨਹੀਂ ਚੱਕਦੇ ਮੈਨੂੰ ਹੁਣ ਪਤਾ ਲੱਗਿਆ ਉਹ ਚੱਕਦੇ ਕਿਉਂ ਨਹੀਂ ਤੇ ਮੈਨੂੰ ਇੰਨਾ ਮਜਬੂਰ ਨਾ ਕਰੋ ਤਾਂ ਕਿ ਮੈਂ ਫੋਨ ਚੱਕਣਾ ਬੰਦ ਕਰਾਂ ਕਿਉਂਕਿ ਹਰ ਇੱਕ ਵਿਅਕਤੀ ਫੋਨ ਲਾਉਂਦਾ ਤੇ ਜੇ ਜੇ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਬੋਲਦੇ ਆ ਅਸੀਂ ਪੰਜਾਬ ਦੇ ਲੋਕਾਂਸ ਤਾਂ ਬਾਅਦ ਚ ਬੋਲਦੇ ਸੀ ਆਪ ਦੇ ਵਾਸਤੇ ਬੋਲਦੇ ਆ ਕਿਉਂਕਿ ਇਹ ਪੰਜਾਬ ਸਾਡਾ ਸਾਡੇ ਵੀ ਇਸ ਇਸ ਪੰਜਾਬ ਦੇ ਵਿੱਚ ਘਰ ਆਉਂਦੇ ਆ ਤੇ ਭਾਈ ਸਾਡਾ ਹੱਕ ਬੰਦਾ ਕੋਈ ਇਹਦੇ ਵਿੱਚ ਮੈਂ ਕੋਈ ਬਹੁਤਾ ਤਕੜਾ ਕੰਮ ਨਹੀਂ ਕਰੀ ਜਾਂਦਾ ਜਿਹੜਾ ਕੰਮ ਮੈਂ ਕਰੀ ਜਾਂਦਾ ਉਹ ਹਰ ਇੱਕ ਪੰਜਾਬ ਦੇ ਵਿਅਕਤੀ ਨੂੰ ਕਰਨਾ ਚਾਹੀਦਾ ਸਿਹਤ ਮੇਰੀ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਆ ਬਸ ਮੇਰੇ ਸੈੱਲ ਘਟ ਜਾਂਦੇ ਆ ਆ ਦੋ ਤਿੰਨ ਦਿਨ ਮੈਂ ਫਿਰ ਤੁਰ ਪਿਆ ਮੇਰੇ 192000 ਸੈੱਲ ਹੋ ਗਏ ਸੀ ਅੱਜ 123000 ਸੈੱਲ ਫਿਰ ਰਹਿ ਗਏ ਆ ਮੈਂ ਹੁਣੇ ਡਾਕਟਰ ਸਾਹਿਬ ਨੂੰ ਜਿਹੜਾ ਕੱਲੋ ਖੂਨ ਟੈਸਟ ਕਰਾ ਕੇ ਆਇਆ ਉਹਦੀ ਰਿਪੋਰਟ ਤੁਹਾਨੂੰ ਫੋਟੋ ਖਿੱਚ ਕੇ ਵਿੱਚ ਲਾ ਦੂੰਗਾ ਹੁਣ ਜਿਹੜੀ ਤੁਹਾਨੂੰ ਮੇਨ ਗੱਲ ਫਿਰ ਤੋਂ ਕਹਿਣਾ ਕਿ ਯਾਦ ਰੱਖੋ ਗੱਲ ਮੈਂ ਤਾਂ ਫਿਰ ਵੀ ਆਰਾਮ ਦੇ ਨਾਲ ਚੱਲਦਾ ਹਰ ਚੀਜ਼ ਵੇਖਣ ਨੂੰ ਮਾਮੂਲੀ ਲੱਗਦੀ ਹੁੰਦੀ ਆ ਪਰ ਹੱਥ ਸੋਚ ਕੇ ਲਾਉਣਾ ਚਾਹੀਦਾ ਯਾਦ ਰੱਖਿਆ ਜੇ ਸੱਪ ਵੇਖਣ ਨੂੰ ਬੜਾ ਸੋਹਣਾ ਲੱਗਦਾ ਸੱਪ ਵੇਖਣ ਨੂੰ ਬੜਾ ਸੋਹਣਾ ਲੱਗਦਾ ਪਰ ਜਦੋਂ ਹੱਥ ਲਾਈਏ ਜਦੋਂ ਡੰਗਦਾ ਉਹਦਾ ਪਤਾ ਲੱਗਦਾ ਵੀ ਉਹਦੇ ਜ਼ਹਿਰ 'ਚ ਤਾਕਤ ਕਿੰਨੀ ਕੁ ਹੁੰਦੀ ਆ ਤੇ ਮੈਨੂੰ ਤੁਸੀਂ ਮੈਂ ਚੰਗਾ ਪळा ਇਨਸਾਨ ਆ ਮੈਨੂੰ ਸੱਪ ਦਾ ਰੂਪ ਨਾ ਬਣਾਓ ਕਿਉਂਕਿ ਮੈਨੂੰ ਮੈਂ ਇਸ ਟਾਈਮ ਮਜਬੂਰ ਹੋ ਕੇ ਬੋਲ ਰਿਹਾ ਤੇ ਜਿਹੜਾ ਉਹ ਭਾਈ ਸਾਹਿਬ ਉਹ ਕਾਰਵਾਈ ਉਹ ਉੱਤੇ ਹੋ ਗਈ ਆ ਕਿ ਜਿਹੜਾ ਹੁਣ ਇੱਕ ਹੋਰ ਫੋਨ ਲਾਇਆ ਸੀ ਕਿਸੇ ਨੇ ਕੋਈ ਕੋਈ ਐਵੇਂ ਫੋਨ ਲਾ ਲਿਆ ਕਿਸੇ ਨੇ ਅਖੇ ਭਾਨੇ ਦੇ ਕੱਠ ਚ ਗਿਆ ਸੀ ਮੈਂ ਕਿਹਾ ਹਾਂ ਮੈਂ ਗਿਆ ਸੀ ਫਿਰ ਅਖੇ ਕਿਉਂ ਗਿਆ ਸੀ ਵੀ ਤੂੰ ਮੇਰੇ ਤੇ ਕੋਈ ਡੀਸੀ ਲੱਗਿਆ ਕਿਸੇ ਦੇ ਪਿਓ ਦਾ ਮੈਂ ਲਿਖਿਆ ਦੇਣਾ ਜਿੱਥੇ ਮੈਂ ਜਾਵਾਂ ਮੇਰੀ ਮਰਜ਼ੀ ਆ ਕੋਈ ਰੋਕ ਸਕਦਾ ਮੈਨੂੰ 바ਵਾ ਸਾਹਿਬਾਂ ਬੇਦਖਰ ਜੀ ਦਾ ਦਿੱਤਾ ਹੋਇਆ ਹੱਕ ਆ ਸਾਡੇ ਕੋਲ ਸੰਵਿਧਾਨ ਦੇ ਆਰਟੀਕਲ 19 ਸਾਡਾ ਅਧਿਕਾਰ ਆ ਬੋਲਣ ਦਾ ਕੋਈ ਬੰਦਾ ਰੋਕ ਸਕਦਾ ਕੋਈ ਨਹੀਂ ਰੋਕ ਸਕਦਾ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੂਗਾ ਮੈਂ ਉਹਦੇ ਮਗਰ ਜਾਊਗਾ ਚਾਹੇ ਉਹ Hindu ਹੋਵੇ ਚਾਹੇ ਉਹ Muslim ਹੋਵੇ ਚਾਹੇ ਉਹ Isai ਹੋਵੇ ਤੇ ਚਾਹੇ ਉਹ Sikh ਹੋਵੇ ਚਾਹੇ ਉਹ SC ਚਾਹੇ ਉਹ BC ਤੇ ਚਾਹੇ ਉਹ Journal ਹੋਵੇ ਮੇਰਾ ਕਿਸੇ ਵੀ ਜਾਤ ਦੇ ਨਾਲ ਕੋਈ ਮੈਂ ਕਿਸੇ ਜਾਤ ਨੂੰ ਲੈ ਕੇ ਨਹੀਂ ਚੱਲਦਾ ਠੀਕ ਆ ਸਾਡੇ ਪੰਜਾਬ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਲੋਕ ਚੱਲਦੇ ਆ ਮੈਂ ਨਹੀਂ ਜਾਤ ਪਾਤ ਨੂੰ ਕਿਉਂਕਿ ਮੈਨੂੰ ਇੰਨਾ ਪਤਾ ਕਿ ਜਿਹੜਾ ਕਹਿ ਲੋ ਅਸੀਂ ਇੱਕ ਦੂਜੇ ਨਾਲ ਲੜਨ ਡੈਪੇ ਸਮਝਾਓ ਜਿਹੜਾ ਸਮਝਾ ਸਕਦਾ ਤੇ ਭਾਈ ਸਾਹਿਬ ਇਹ ਮੈਨੂੰ ਐਵੇਂ ਦਿਮਾਗੀ ਪਰੇਸ਼ਾਨ ਕਰਨ ਦੀ ਲੋੜ ਕੋਈ ਨਹੀਂ ਗਿਆ ਮੈਂ ਜਾਨਣਾ ਵੀ ਆ ਜਿੱਥੇ ਮੇਰਾ ਮਨ ਕਰਦਾ ਮੈਂ ਜਾਨਣਾ ਮਜ਼ਦੂਰਾਂ ਦੇ ਧਰਨੇ ਤੇ ਵੀ ਕਈ ਵਾਰ ਗਿਆ ਉਹ ਪੇਜ ਤੇ ਪਿੰਗਾ ਤੁਸੀਂ ਚੈੱਕ ਕਰ ਲੋ ਜੇ ਨਹੀਂ ਗਿਆ ਤੁਸੀਂ ਮੈਨੂੰ ਤਾਂ ਦੱਸੋ ਹਰ ਇੱਕ ਦੇ ਜਾਨਾ ਜੇ ਕਿਸੇ ਗਰੀਬ ਆ ਜੇ ਕਿਸੇ ਦਾ ਵਿਚਾਰਾ ਜੇ ਕੋਈ ਗਰੀਬ ਆ ਜੇ ਮਕਾਨ ਉਹਦੇ ਡਿੱਗੇ ਆ ਤਾਂ ਮੈਂ ਉਹਨਾਂ ਕੋਲੇ ਵੀ ਪਹੁੰਚ ਜਾਣਾ ਮੈਂ ਕਦੇ ਜਾਤ ਨਹੀਂ ਪੁੱਛੀ ਉਹਨਾਂ ਦੀ ਤਾਂ ਤੁਸੀਂ ਐਵੇਂ ਲੱਗੇ ਪਏ ਆ ਕੀ ਦਾ ਕੁਸ਼ ਕਰਨ ਕੀ ਦਾ ਹਾਂ ਗਿਆ ਕਿਉਂ ਗਿਆ ਕਿਉਂ ਗਿਆ ਕੀ ਗੱਲ ਆ ਬੋਲ ਨਹੀਂ ਸਕਦੇ ਹੱਕ ਆ ਸਾਡਾ ਇਸ ਕਰਕੇ ਸਰਕਾਰ ਦੇ ਬੰਦਿਆਂ ਨੂੰ ਬੇਨਤੀ ਕਰਦਾ ਭਗਵੰਤ ਮਾਨ ਨੂੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਜਿਹੜੇ ਤੇਰੇ ਕੁੱਤੇ ਖੁੱਲੇ ਆ ਭਾਈ ਉਹਨਾਂ ਨੂੰ ਬੰਨ ਲਾਓ ਉਹ ਕਰਦੇ ਤੰਗ ਪਰੇਸ਼ਾਨ ਤੇ ਦੂਜੇ ਜਿਹੜੇ ਉਹ ਬੰਦੇ ਆ ਵੀ ਹਾਂ ਪਾਓ ਰਿਕਾਰਡਿੰਗ ਪਾਓ ਨੈੱਟ ਤੇ ਤੇ ਲਾਲ ਹੀ ਫੋਟੋ ਉਹ ਭਾਈ ਸਾਹਿਬ ਇਹ ਮੈਂ ਬੋਲਣ ਲੱਗਾ 2017 ਤੋਂ ਤੇ ਕੁਝ ਲੋਕ ਕਹਿੰਦੇ ਸੀ ਨਾ ਵੀ ਹਿੱਲ ਗਿਆ ਹਿੱਲੇ ਕੋਈ ਹੋਣਗੇ ਨਾ ਮੈਂ ਕਦੇ ਦੀਪੂਆਂ ਦੇ ਰਾਜੀਨਾਮਿਆਂ ਚੋਂ 50 55 ਹਜ਼ਾਰ ਲਿਆ ਰੌਲਾ ਪਾ ਕੇ ਅੱਖਾਂ ਧੀ ਨੂੰ ਨੌਵੇਂ ਤੋ ਕਰਨ ਕਰੀ ਨਾ ਨਾ ਇਹ ਮੈਨੂੰ ਮਜਬੂਰ ਨਾ ਕਰੋ ਜੇ ਨਾਮ ਲੈ ਲੈ ਬੋਲੂਗਾ ਨਾ ਮੈਂ ਐਨਆਰਆਈਆਂ ਤੋਂ ਕੰਬਲਾਂ ਦੇ ਪੈਸੇ ਲੈ ਕੇ ਕੰਬਲਾਂ ਦੇ ਰੋਲੇ ਪਵਾ ਕੇ ਤੇ ਬਾਦ ਦੇ ਵਿੱਚ ਕੋਈ ਖਾਲਸਾ ਪਵੇ ਵਿੱਚ ਕੋਈ ਗੁਰੂ ਦਾ ਖਾਲਸਾ ਵਿੱਚ ਉਹ ਫਿਰ 22000 ਰੁਪਇਆ ਉਹਨੇ ਬੀਬੀ ਨੂੰ ਵਾਪਸ ਦਿਵਾਇਆ ਹੋਵੇ ਨਾ ਮੈਂ ਉਹਨਾਂ ਵਾਲੇ ਕੰਮ ਕੀਤੇ ਆ ਅੱਖਾਂ ਧੀ ਨੂੰ ਨਵੇਂ ਤੂੰ ਕੰਨ ਕਰੀ ਨਾ ਮੈਂ ਕਦੇ ਗਿਆ ਉਹਨਾਂ ਬੰਦਿਆਂ ਕੋਲ ਕਿ ਕਿਸੇ ਨੇ ਬੀਬੀ ਤੇ ਜ਼ੁਲਮ ਢਾਇਆ ਹੋਵੇ ਤੇ 50 60000 ਰੁਪਇਆ ਲੈ ਕੇ ਮੈਂ ਚੁੱਪ ਹੋ ਗਿਆ ਹਾਂ ਅੱਖਾਂ ਧੀ ਨੂੰ ਨਵੇਂ ਤੂੰ ਕੰਨ ਕਰੀ ਇਹ ਗੱਲਾਂ ਬੰਦਾ ਮੇਰੇ ਕੋਈ ਨੇੜੇ ਦਾ ਹੀ ਆ ਉਹਨੂੰ ਸੁਣਾਈਆਂ ਹੋਰ ਕੋਈ ਬਹੁਤ ਹੀ ਦੂਰ ਦਾ ਕੋਈ ਬੰਦਾ ਨਹੀਂਗਾ ਯਾਦ ਰੱਖੋ ਗੱਲ ਇਹ ਮੇਰੀ ਬਰ ਖਲਾਫੀ ਕਰਨ ਨਾਲ ਤੁਹਾਨੂੰ ਕੁਝ ਨਹੀਂ ਮਿਲਣਾ ਮੈਂ ਇਹਨੂੰ ਸਾਰੇ ਪਿਆਰੇ ਆ ਮੈਨੂੰ ਐਸਸੀ ਵੀ ਪਿਆਰੇ ਆ ਬੀਸੀਵੀ ਪਿਆਰੇ ਆ ਜਰਨਲ ਵੀ ਪਿਆਰੇ ਆ ਜਿਹੜਾ ਸਾਡਾ ਐਸਸੀ ਭਾਈਚਾਰਾ ਮੈਂ ਉਸੇ ਨੂੰ ਕਹਿਣਾ ਹੁੰਨਾ ਕਿ ਸਾਡੀਆਂ ਧੀਆ ਪਣਾ ਪੜੀਆਂ ਲਿਖੀਆਂ ਉਹਨਾਂ ਦੇ ਵਾਸਤੇ 20000 ਦੀ ਨੌਕਰੀ ਮੰਗੋ ਨਾ ਕਿ ਉਹਨਾਂ ਵਾਸਤੇ 52000 ਦੀ ਸਕਰ ਸਕੀਮ ਆਖੀ ਨੇ ਮੈਂ ਕਈ ਵਾਰ ਗੱਲ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਸਾਨੂੰ 40000 ਦੀ ਨੌਕਰੀ ਦਿਓ ਅਸੀਂ 4000 ਰੁਪਏ ਬਿਜਲੀ ਬਿੱਲ ਭਰ ਦਾਂਗੇ ਸਾਨੂੰ ਥੋੜਾ ਥੋੜਾ ਆਟਾ ਰਾਸ਼ਨ ਦਾਲ ਦੇ ਕੇ ਸਾਨੂੰ ਵਰਾ ਲੈਂਦੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਤੇ ਕਿਸਾਨਾਂ ਨੂੰ ਕਹਿਣਾ ਹੁੰਦਾ ਕਿ ਭਾਈ ਸਾਹਿਬ ਜਾਤਾਂ ਪਾਤਾਂ ਤੋਂ ਵੱਧ ਜੋ ਸਾਰਿਆਂ ਨੂੰ ਕਹਿਣਾ ਮੈਂ ਇਕੱਲੇ ਮੈਂ ਕਹਿੰਦਾ ਹਰ ਇੱਕ ਹਰ ਇੱਕ ਜਿਵੇਂ ਕਹਿੰਦਾ ਹਰ ਆਦਮੀ 'ਚ ਹੁੰਦਾ ਇੱਕ ਫੱਕਰ ਫਕੀਰ ਹਰ ਆਦਮੀ 'ਚ ਇੱਕ ਬਦਮਾਸ਼ ਹੁੰਦਾ ਹੈ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਤੇ ਕਿਰਪਾ ਕਰਕੇ ਮੇਰੀ ਉਹਨਾਂ ਨੂੰ ਬੇਨਤੀ ਆ ਜਿਹੜੇ ਬੰਦੇ ਮੈਨੂੰ ਅੱਜ ਫੋਨ ਲਾ ਰਹੇ ਆ ਜਿਹੜੀ ਮੈਂ ਉੱਥੇ ਗੱਲ ਬੋਲਿਆ ਸੀ ਕੋਰ ਦੁਨਾਂ ਉਹਦੀ ਮੈਂ ਮਾਫੀ ਮੰਗੀ ਉੱਥੇ ਮੈਂ ਕਿਤੇ ਨਾ ਕਿਤੇ ਗਲਤ ਸੀ ਗਲਤ ਸੀਗਾ ਮੈਂ ਮੈਂ ਮਾਫੀ ਮੰਗੀ ਆ ਦੋਨੇ ਹੱਥ ਜੋੜ ਕੇ ਮਾਫੀ ਮੰਗੀ ਆ ਉਹਨਾਂ ਨਾਲ ਮੇਰਾ ਕੋਈ ਤਾਲੁਕਤ ਨਹੀਂ ਉਹ ਮੈਂ ਗਲਤ ਸੀ ਮੈਂ ਮਾਫੀ ਮੰਗੀ ਆ ਪਰ ਜਿਹੜੇ ਅੱਜ ਕੋਲਾ ਲਾ ਰਹੇ ਆ ਭਾਨੇ ਦੇ ਕਿਉਂ ਗਿਆ ਇਕੱਠ ਤੇ ਗਿਆ ਮੇਰੀ ਮਰਜ਼ੀ ਆ ਮੇਰਾ ਹੱਕ ਆ ਤੁਸੀਂ ਰੋਕ ਸਕਦੇ ਆ ਤਾਂ ਦੱਸੋ ਮੈਨੂੰ ਕੋਈ ਬੰਦੇ ਕਹਿ ਰਹੇ ਆ ਕਿ ਇਹ ਬੰਦੇ ਨੂੰ ਅਸੀਂ ਗਰਦਾਰ ਕਹਿੰਦੇ ਮੈਨੂੰ ਕਿਸ ਗੱਲ ਦਾ ਗਰਦਾਰ ਦਾ ਤੁਸੀਂ ਟੌਪਕ ਦਿੰਨੇ ਆ ਪਿਆਰੇ ਉਹ ਮੈਨੂੰ ਤੁਸੀਂ ਅੱਜ ਇੱਕ ਬੰਦੇ ਨੇ ਮੈਨੂੰ ਫੋਨ ਲਾਇਆ ਕਹਿੰਦੇ ਤੂੰ ਸਾਡੀ ਕੌਮ ਦਾ ਗਰਦਾਰ ਆ ਵੀਰੋ ਮੈਂ ਕੋਈ ਗਰਦਾਰ ਨਹੀਂਗਾ ਤੁਸੀਂ ਅੱਜ ਮੈਨੂੰ ਮੇਹਨੇ ਮਾਰੀ ਜਾਂਦੇ ਆ ਮੈਂ ਤਾਂ ਸਾਰਿਆਂ ਤੇ ਬੋਲਦਾ ਨਾਲ ਮੈਂ ਤੁਹਾਨੂੰ ਇਹ ਬੇਨਤੀ ਕਰ ਦਿਆਂ ਵੀ ਅੱਜ ਤੁਸੀਂ ਮੈਨੂੰ ਗਰਦਾਰੀ ਦਾ ਮੈਨੂੰ ਮੈਂ ਤੁਹਾਡਾ ਗੁੱਸਾ ਨਹੀਂ ਕਰਦਾ ਤੁਸੀਂ ਮੇਰੇ ਆਪਦੇ ਆ ਪਰ ਨਾਲ ਮੈਂ ਉਹਨੂੰ ਇਹ ਵੀ ਕਿਹਾ ਜਦੋਂ ਮੈਂ ਐਮਐਲਏ ਦੀ ਚੋਣ ਲੜੀ ਆ ਤੇ ਉਦੋਂ ਜਿਹੜਾ ਤੁਸੀਂ ਉਦੋਂ ਮੇਰੇ ਨਾਲ ਨਹੀਂ ਖੜੇ ਤੁਸੀਂ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਵੇਖੋ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਨਾ ਮੈਂ ਤਾਂ ਉਹ ਤਾਂ ਕਿਹਾ ਨਹੀਂ ਮੇਰੇ ਨਾਲ ਆਓ ਉਹ ਤਾਂ ਸਾਰਿਆਂ ਨੇ ਕਿਸੇ ਨੇ ਫੁੱਲ ਦਾ ਨਿਸ਼ਾਨ ਲਾ ਲਿਆ ਹੁਣ ਉਹਨੂੰ ਵੀ ਦੱਸ ਰਿਹਾ ਜਿਹੜਾ ਮੇਰੀ ਫੋਨ ਤੇ ਲੋਕਾਂ ਕੋਲ ਕਹਿੰਦਾ ਵੀ ਹਾਂ ਭਾਈ ਸਹੀ ਨਹੀਂ ਮੈਨੂੰ ਕਹਿੰਦਾ ਸੀ ਮੈਂ ਫਲਾਣੇ ਪਿੰਡ ਦਾ ਸਰਪੰਚ ਆ ਉਦੋਂ ਨੇ ਫੁੱਲ ਲਾ ਲਿਆ ਕਮਲ ਦਾ ਯਾਰ ਉਹ ਤਾਂ ਮੈਂ ਤਾਂ ਤੁਹਾਨੂੰ ਕੋਈ ਜਿਹੜਾ ਕਹਿ ਲੋ ਵੀ ਮੈਂ ਤਾਂ ਤੁਹਾਨੂੰ ਕਿਸੇ ਨੂੰ ਗਿਲਾ ਸ਼ਿਕਵਾ ਹੀ ਨਹੀਂ ਦਿੱਤਾ ਤੇ ਅੱਜ ਮੈਨੂੰ ਗਿਲਾ ਸ਼ਿਕਵਾ ਕਿਉਂ ਯਾਦ ਰੱਖੋ ਹਾਂਜੀ ਮੈਂ ਫਿਰ ਤੋਂ ਕਹਿ ਰਿਹਾ ਮੇਰੀ ਕਿਸੇ ਵੀ ਭਾਈਚਾਰੇ ਨਾਲ ਕੋਈ ਦੁਸ਼ਮਣੀ ਨਹੀਂ ਮੇਰਾ ਕਿਸੇ ਵੀ ਭਾਈਚਾਰੇ ਨਾਲ ਪਿਆਰ ਨਹੀਂ ਮੈਂ ਇਨਸਾਨੀਅਤ ਨੂੰ ਪਿਆਰ ਕਰਦਾ ਮੈਨੂੰ ਕੋਈ ਪਿਆਰ ਕਰੇ ਜਾਂ ਨਾ ਕਰੇ ਬਸ ਗੱਲ ਭਰਾਓ ਪੰਜਾਬ ਬਚਾਉਣ ਦੀ ਕਰੋ ਮੇਰੀ ਹੱਥ ਜਾਨ ਕੇ ਬੇਨਤੀ ਹੈ ਤੇ ਜਿਹੜੇ ਫਿਰ ਤੋਂ ਕਹਿ ਰਿਹਾ ਕਿ ਜਿਹੜਾ ਭਾਈ ਮੈਂ ਕੋਰਦੂ ਨਾ ਬੋਲਿਆ ਸੀ ਜਿਹੜਾ ਮੈਂ ਬੋਲਿਆ ਠੰਡੇ ਬੁਰਜ ਦੀ ਗੱਲ ਕੀਤੀ ਸੀ ਉਹਦੀ ਮੈਂ ਦੋਨੇ ਹੱਥ ਜੋੜ ਕੇ ਮਾਫੀ ਪਹਿਲਾਂ ਮੰਗ ਚੁੱਕਿਆ ਤੇ ਹੁਣ ਵੀ ਮਾਫੀ ਮੰਗ ਰਿਹਾ ਉਸ ਮਸਲੇ 'ਚ ਮੈਨੂੰ ਫੋਨ ਨਾ ਲਾਓ ਤੇ ਉਸ ਮਸਲੇ ਦਾ ਹੁਣ ਫੋਨ ਲਾਉਣ ਦਾ ਕੋਈ ਤਾਲੁਕਾਤ ਨਹੀਂ ਦੂਸਰੇ ਨੰਬਰ ਤੇ ਜਿਹੜੇ ਅੱਜ ਫੋਨ ਲਾ ਕੇ ਹੁਣ ਇੱਕ ਦਾ ਫੋਨ ਆਇਆ ਮੈਂ ਫਲਾਨਾ ਸਿੰਘ ਆ ਮਤਲਬ ਨਾਮ ਦੱਸ ਰਿਹਾ ਆਪਦਾ ਹੋਰ ਉਹ ਗੁਰੂ ਦਾ ਸਿੰਘ ਨਹੀਂ ਸੀਗਾ ਉਹ ਤਾਂ ਜਿਵੇਂ ਮੈਂ ਦੱਸ ਦਿਆਂ ਮੈਂ ਵਿਸ਼ਵਦੀਪ ਸਿੰਘ ਹੁਣ ਕੋਈ ਇਨਧਾਰਮਿਕ ਗੱਲ ਨਾ ਬਣਾਇਆ ਜੇ ਇਹ ਮਾਫੀ ਚਾਹੁੰਨਾ ਜੇ ਪਹਿਲੇ ਤੁਸੀਂ ਧਾਰਮਿਕ ਬਣਾਉਣੀ ਤਾਂ ਮੇਰੀ ਇੰਨੀ ਕੁ ਬੇਨਤੀ ਆ ਭਾਈ ਸਾਹਿਬ ਭਾਨੇ ਦੇ ਕੱਠ ਚ ਜਾਵਾਂ ਮੈਂ ਚਾਹੇ ਕਿਸੇ ਦੇ ਕੱਠ ਜਾਵਾਂ ਤੁਸੀਂ ਮੈਨੂੰ ਰੋਕ ਨਹੀਂ ਸਕਦੇ ਮੇਰਾ ਹੱਕ ਆ ਮੇਰੇ ਮੌਲਿਕ ਅਧਿਕਾਰ ਆ ਤੇ ਜੇਕਰ ਫਿਰ ਵੀ ਮੈਂ ਕਿਸੇ ਨੂੰ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਜੇ ਕੋ ਮੈਨੂੰ ਫੋਨ ਤੇ ਐਵੇਂ ਤੰਗ ਪਰੇਸ਼ਾਨ ਕਰੂਗਾ ਫਿਰ ਤੋਂ ਕਹਦਾ ਗੋਲਾ ਵੇਖਣ ਨੂੰ ਲਾਲ ਲੱਗਦੀਆਂ ਜਦੋਂ ਉਹਨਾਂ ਨੂੰ ਹੱਥ ਪਾਉਂਨੇ ਕੰਡੇ ਉਹਨਾਂ ਦੇ ਉਦੋਂ ਵਜਦੇ ਆ ਯਾਦ ਰੱਖਿਆ ਜੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਤੇ ਜਿਹੜੇ ਮੈਂ ਕਹਿੰਦਾ ਜਿਹੜੀ ਮੇਰੀ ਕੋਈ ਆਡੀਓ ਵਾਇਰਲ ਹੋ ਰਹੀ ਆ ਮੇਰੀ ਉਸ ਉਸ ਨਾਲ ਮੇਰਾ ਕੋਈ ਤਾਲੁਕਾਤ ਨਹੀਂ ਵੀ ਹਾਂ ਮੈਨੂੰ ਉਸ ਚੀਜ਼ ਦਾ ਕੋਈ ਦੁੱਖ ਨਹੀਂ ਮੈਂ ਗਲਤ ਸੀ ਤਾਂ ਮੈਂ ਮਾਫੀ ਮੰਗ ਲਈ ਉਹ ਕੋਈ ਦਿੱਕਤ ਨਹੀਂ ਪਰ ਜਿਹੜੇ ਬੰਦੇ ਅੱਜ ਪਰੇਸ਼ਾਨ ਕਰ ਰਹੇ ਆ ਤੂੰ ਫਲਾਨੇ ਦੇ ਹੱਕ 'ਚ ਨਹੀਂ ਬੋਲਿਆ ਨਹੀਂ ਬੋਲਿਆ ਜਿਹੜਾ ਕੋਈ ਬੰਦਾ ਪੰਜਾਬ ਦੇ ਹੱਕ 'ਚ ਬੋਲੂਗਾ ਮੈਂ ਉਹਦੇ ਨਾਲ ਅੱਜ ਵੀ ਖੜਾ ਤੇ ਕੱਲ੍ਹ ਵੀ ਖੜਾ ਯਾਦ ਰੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਜਿਹੜੇ ਬੰਦੇ ਨੇ ਉਹ ਮੁੰਚੀ ਬਣ ਕੇ ਫੋਨ ਕੀਤਾ ਸੀ ਮੁੰਡੇ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਕਿ ਮੇਰੇ ਪੰਜਾਬ ਦੇ ਮੁੰਡੇ ਜਿਹੜੇ ਮੁੰਡੇ ਪਿੰਡ ਦੇ ਲੋਕ ਆ ਜਿਹੜੇ ਬੰਦੇ ਨੇ ਤੁਹਾਡੇ ਨੇ ਫੋਨ ਲਾਇਆ ਸੀ ਉਹਨੂੰ ਉਹ ਜਿਹੜਾ ਪ੍ਰੇਮਚੰਦ ਕਹਿੰਦਾ ਉਹਨੂੰ ਚੰਦਾਂ ਦਾ ਮੁੰਡਾ ਕਹਿਆ ਕਰੋ ਸੰਧੂਆਂ ਦਾ ਨਾ ਕਹੋ ਜੇ ਚੰਦਾਂ ਦਾ ਮੁੰਡਾ ਕਿੰਨਾ ਦਾ ਚੰਦਾਂ ਦਾ ਮੁੰਡਾ ਤੇ ਉਹਦੇ ਤੇ ਕਾਰਵਾਈ ਹੁਣ ਜੇ ਸਰਕਾਰ ਨਾ ਹੋਣ ਦੇਊਗੀ 3 ਸਾਲ ਪੂਰੇ ਹੋ ਜਾਣਗੇ ਫਿਰ ਯਾਦ ਕਰੂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕੋਈ ਧਮਕੀ ਨਹੀਂ ਦੇ ਰਿਹਾ ਬਸ ਸਿਰਫ ਦੱਸ ਰਿਹਾ ਵੀ ਉਹਨੇ ਪੁਲਿਸ ਦਾ ਨਾਮ ਵਰਤ ਕੇ ਮੈਨੂੰ ਫੋਨ ਲਾਇਆ ਸੀ ਤੇ ਭਾਈ ਉਹ ਤੇ ਕਾਰਵਾਈ ਦੁੱਗਣੀ ਬਣਦੀ ਆ ਫਿਰ ਤੋਂ ਕਹਿ ਰਿਹਾ ਜੇ ਕੋਈ ਗਲਤ ਬੋਲਿਆ ਆਵੇ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ